ਬੱਚੇ ਅੱਜ ਆਪਾਂ ਸੈਕਿੰਡ ਰਿਵੀਜ਼ਨ ਟੈਸਟ ਦੇ ਅਕੋਰਡਿੰਗਲੀ ਰਿਵੀਜ਼ਨ ਸਟਾਰਟ ਕਰਦੇ ਹਾਂ। ਸੈਕਿੰਡ ਰਿਵੀਜ਼ਨ ਟੈਸਟ ਦਾ ਸਿਲੇਬਸ ਹੈ ਕਾਵ ਰਚਨਾ ਸੋਕਿਓ ਮੰਦਾ ਆਖੀਏ ਗੁਰੂ ਨਾਨਕ ਦੇਵ ਜੀ, ਕਿਰਪਾ ਕਰਕੇ ਬਖਸ਼ਿਓ ਗੁਰੂ ਅਮਰਦਾਸ ਜੀ, ਵਾਰਤਕ ਲੇਖ ਘਰ ਦਾ ਪਿਆਰ, ਵਾਰਤਕ ਲੇਖ ਬੋਲੀ। ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਾਵ ਰਚਨਾ ਸੋਕਿਓ ਮੰਦਾ ਆਖੀਏ। ਕਿਸਦੀ ਰਚਨਾ ਹੈ? ਸੋ ਕਿਉਂ ਮੰਦਾ ਆਖੀਏ ਬੇਟੇ, ਗੁਰੂ ਨਾਨਕ ਦੇਵ ਜੀ ਦੀ ਰਚਨਾ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ, ਸਿੱਖ ਧਰਮ ਦੀ ਨੀਂਹ ਕਿਸਨੇ ਰੱਖੀ? ਗੁਰੂ ਨਾਨਕ ਦੇਵ ਜੀ ਨੇ। ਗੁਰਮਤ ਕਾਵ ਦੇ ਮੋਢੀ ਕੌਣ ਹੋਏ? ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ? 1469 ਈਸਵੀ ਵਿੱਚ। ਜੋਤੀ ਜੋਤ ਕਦੋਂ ਸਮਾਏ? 1539। ਇਹਨੂੰ ਕੀ ਕਵਾਂਗੇ? ਜੀਵਨ ਕਾਲ। ਉਹਨਾਂ ਦਾ ਜੀਵਨ ਕਾਲ ਕੀ ਹੋਇਆ? 1469 ਤੋਂ 1539 ਤੱਕ ਦਾ ਸਮਾਂ, ਠੀਕ ਹੈ। ਸਥਾਨ ਕੀ ਹੈ? ਜਨਮ ਸਥਾਨ ਰਾਏ ਭੋਏ ਦੀ ਤਲਵੰਡੀ, ਠੀਕ ਹੈ, ਜੋ ਕਿ ਅੱਜ ਕੱਲ੍ਹ ਕਿੱਥੇ ਹੈ? ਪਾਕਿਸਤਾਨ। ਪਿਤਾ ਦਾ ਨਾਮ ਮਹਿਤਾ ਕਾਲੂ, ਮਾਤਾ ਦਾ ਨਾਮ ਤ੍ਰਿਪਤਾ ਜੀ, ਠੀਕ ਹੈ। ਭੈਣ ਦਾ ਨਾਮ ਬੇਬੇ ਨਾਨਕੀ, ਸੁਪਤਨੀ ਦਾ ਨਾਮ ਜਿਨ੍ਹਾਂ ਨਾਲ ਉਹਨਾਂ ਦਾ ਵਿਆਹ ਹੋਇਆ, ਮਾਤਾ ਸੁਲੱਖਣੀ ਜੀ। ਦੋ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ, ਠੀਕ ਹੈ, ਕਲੀਅਰ ਹੈ। ਉਹਨਾਂ ਦੀਆਂ ਜਨਮ ਸਾਖੀਆਂ ਚੋਂ ਜੇ ਗੱਲ ਕਰੀਏ ਤਾਂ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ, ਮੱਝਾਂ ਚਾਰਨਾ, ਸੱਚਾ ਸੌਦਾ ਕਰਨਾ, ਠੀਕ ਹੈ, ਪਾਂਧੇ ਨੂੰ ਪੜ੍ਹਾ ਦੇਣਾ, ਇਹ ਸਭ ਉਹਨਾਂ ਦੇ ਬਚਪਨ ਦੀਆਂ ਜੀਵਨ ਲੀਲਾ ਨੇ, ਜਿੱਥੋਂ ਪਤਾ ਚੱਲਦਾ ਕਿ ਉਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਕਿਹਦੇ ਚ ਲੀਨ ਸਨ? ਪ੍ਰਭੂ ਭਗਤੀ ਵਿੱਚ। ਤੇ ਜਦੋਂ ਸੁਲਤਾਨਪੁਰ ਲੋਧੀ ਗਏ ਆਪਣੀ ਭੈਣ ਕੋਲ, ਬੇਬੇ ਨਾਨਕੀ ਕੋਲ, ਤੇ ਉਹਨਾਂ ਦੇ ਜੀਜੇ ਨੇ ਉਹਨਾਂ ਨੂੰ ਕਿੱਥੇ ਨੌਕਰੀ ਲਈ ਲਵਾਇਆ? ਮੋਦੀ ਖਾਨੇ। ਕਿਹਦਾ ਮੋਦੀ ਖਾਨਾ ਸੀ? ਉਹ ਦੌਲਤ ਖਾਂ ਦਾ। ਉੱਥੇ ਕੀ ਕੀਤਾ ਉਹਨਾਂ ਨੇ? ਤੇਰਾ ਤੇਰਾ ਕਰਕੇ ਸਾਰਾ ਅਨਾਜ ਕਿਹਦੇ ਚ ਵੰਡ ਦਿੱਤਾ? ਗਰੀਬਾਂ ਵਿੱਚ, ਲੋੜਵੰਦਾਂ ਵਿੱਚ। ਪਰ ਜਦੋਂ ਸ਼ਿਕਾਇਤ ਹੋਈ ਰਾਏ ਬੁਲਾਰ ਦੇ ਕੋਲ, ਹਾਕਮ ਰਾਏ ਬੁਲਾਰ ਕੋਲ, ਜਦੋਂ ਉਹਨੇ ਆ ਕੇ ਸਾਰਾ ਹਿਸਾਬ ਕਿਤਾਬ ਦੇਖਿਆ ਤਾਂ ਕੀ ਸੀ? ਪੂਰਾ ਸੀ। ਤੇ ਉਹਨਾਂ ਨੇ ਕਿੱਥੇ ਇਸ਼ਨਾਨ ਕਰ ਲਈ ਗਏ? ਵੇਈ ਨਦੀ ਵਿੱਚ। ਕਿੰਨੇ ਦਿਨ ਅਲੋਪ ਰਹੇ ਸਨ? 3 ਦਿਨ। 3 ਦਿਨਾਂ ਬਾਅਦ ਜਦੋਂ ਬਾਹਰ ਆਏ ਤਾਂ ਕੀ ਉਪਦੇਸ਼ ਮਿਲਿਆ ਪ੍ਰਮਾਤਮਾ ਵੱਲੋਂ? ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਫਿਰ ਕਿੰਨੀਆਂ ਉਦਾਸੀਆਂ ਲਈ ਨਿਕਲੇ? 4 ਉਦਾਸੀਆਂ ਲਈ, 4 ਦਿਸ਼ਾਵਾਂ ਚ। ਕਿਉਂ ਉਦਾਸੀਆਂ ਕੀਤੀਆਂ? ਭੁੱਲੇ ਭਟਕੇ ਲੋਕਾਂ ਨੂੰ ਸਹੀ ਰਸਤੇ ਤੇ ਦਿਖਾਉਣ ਲਈ, ਜਿਨ੍ਹਾਂ ਦੇ ਵਿੱਚ ਵਲੀ ਕੰਧਾਰੀ, ਬਾਬਰ ਵਰਗੇ ਲੋਕ, ਠੀਕ ਹੈ, ਦੈਨ ਮਲਿਕ ਭਾਗੋ ਵਰਗੇ ਜਿਹੜੇ ਗਰੀਬਾਂ ਦਾ ਖੂਨ ਚੂਸਦੇ ਸਨ, ਇਹਨਾਂ ਨੂੰ ਸਿੱਧੇ ਰਸਤੇ ਤੇ ਪਾਇਆ, ਠੀਕ ਹੈ, ਕੌਡੇ ਰਾਕਸ਼ ਵਰਗੇ, ਸੱਜਣ ਠੱਗ ਵਰਗੇ, ਇਹਨਾਂ ਨੂੰ ਸਹੀ ਰਸਤਾ ਦਿਖਾਇਆ, ਤੇ ਭਾਈ ਲਾਲੋ ਵਰਗਿਆਂ ਨੂੰ ਆਪਣੇ ਗਲੇ ਲਾਇਆ, ਜਿਹੜੇ ਕਿ ਮਿਹਨਤੀ ਸਨ। ਇਹ ਸਭ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਛ ਇੱਕ ਪ੍ਰਸ਼ਨ ਬਣਦੇ ਨੇ, ਜਨਰਲ ਕੁਸ਼ਚਨਸ, ਠੀਕ ਹੈ। ਉਹਨਾਂ ਨੇ ਆਪਣਾ ਸਮਾਂ ਬਿਤਾਇਆ ਫਿਰ ਕਰਤਾਰਪੁਰ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਔਰ ਖੇਤੀਬਾੜੀ ਵੀ ਕਿੱਥੇ ਕਰਦੇ ਰਹੇ? ਕਰਤਾਰਪੁਰ। ਖੇਤੀਬਾੜੀ ਦਾ ਕੰਮ ਕਰਦੇ ਰਹੇ ਤਾਂ ਕਿੱਥੇ ਕਰਦੇ ਰਹੇ? ਕਰਤਾਰ। ਕਲੀਅਰ ਹੈ ਬੇਟੇ? ਇੱਥੋਂ ਤੱਕ ਸਾਰੇ ਕੁਸ਼ਚਨਸ ਕਲੀਅਰ? ਹੁਣ ਆਪਾਂ ਗੱਲ ਕਰੀਏ ਉਹਨਾਂ ਦੀ ਜਿਹੜੀ ਰਚਨਾ ਤੁਸੀਂ ਪੜ੍ਹੀ ਹੈ, ਕਿਹੜੀ ਪੁਸਤਕ 'ਚ ਪੜ੍ਹੀ ਹੈ? ਸਾਹਿਤ ਮਾਲਾ। ਇਹ ਤਾਂ ਪਹਿਲਾਂ ਮੇਨ ਕੁਸ਼ਚਨ ਕਰਨਾ ਜ਼ਰੂਰੀ ਹੈ। ਸਾਹਿਤ ਮਾਲਾ ਦੇ ਵਿੱਚ ਹੈ ਸੋ ਕਿਉਂ ਮੰਦਾ ਆਖੀਏ। ਕੋਈ ਵੀ ਰਚਨਾ ਦਾ ਆਏ ਘਰ ਦਾ ਪਿਆਰ ਕਿਹੜੀ ਪੁਸਤਕ 'ਚ ਹੈ? ਸਾਹਿਤਿਕ ਵਨਗੀਆਂ, ਸਾਹਿਤਿਕ ਕਿਰਨਾਂ, ਵਨਗੀ ਕੇ ਸਾਹਿਤ ਮਾਲਾ। ਸਾਹਿਤ ਮਾਲਾ ਵਨਗੀ ਵਿੱਚ ਸਿਰਫ ਕਹਾਣੀ ਤੇ ਇਕਾਂਗੀ ਹੈ, ਜੋ ਆਪਾਂ ਕੱਲ ਦੀ ਕਲਾਸ 'ਚ ਰਿਵਾਈਜ਼ ਕੀਤਾ ਸੀ। ਜ਼ਫਰਨਾਮਾ ਇਕਾਂਗੀ ਤੇ ਕੁਲਫੀ ਕਹਾਣੀ ਕਿਹੜੀ ਪੁਸਤਕ 'ਚ ਹੈ ਬੇਟੇ? ਵਨਗੀ ਪੁਸਤਕ, ਓਨਲੀ ਵਨਗੀ, ਸਾਹਿਤਿਕ ਵਨਗੀਆਂ ਨਹੀਂ। ਤੇ ਸਾਹਿਤ ਮਾਲਾ ਦੇ ਵਿੱਚ ਕਿਹੜੀ ਰਚਨਾ ਹੈ? ਘਰ ਦਾ ਪਿਆਰ, ਬੋਲੀ ਸੋ ਕਿਉਂ ਮੰਦਾ ਆਖੀਏ, ਤੇ ਕਿਰਪਾ ਕਰਕੇ ਬਖਸ਼ੋ। ਔਰ ਇਹ ਸੈਕਿੰਡ ਰਿਵੀਜ਼ਨ ਟੈਸਟ ਦਾ ਸਿਲੇਬਸ ਹੈ। 4 ਰਚਨਾਵਾਂ, ਗੱਗਾ ਤੇ ਘੱਗਾ ਭਾਗ ਮੁਹਾਵਰੇ, ਸਮਾਸੀ ਸ਼ਬਦ, ਠੀਕ ਹੈ, ਔਰ ਬਹੁ ਅਰਥਕ ਸ਼ਬਦ ਵੀ। ਜੇ 2 ਕੁਸ਼ਚਨ ਆ ਜਾਣ ਤਾਂ ਕੋਈ ਗੱਲ ਨਹੀਂ, ਜਿਹੜੇ ਤੁਸੀਂ ਆਲਰੇਡੀ ਰਿਵਾਈਜ਼ ਕਰ ਚੁੱਕੇ, ਠੀਕ ਹੈ। ਹੁਣ ਆਪਾਂ ਸਟਾਰਟ ਕਰਦੇ ਹਾਂ ਸੋ ਕਿਉਂ ਮੰਦਾ ਆਖੀਏ ਤੋਂ। ਸੋ ਕਿਉਂ ਮੰਦਾ ਆਖੀਏ ਕਿਹੜੀ ਬਾਣੀ ਚੋਂ ਹੈ? ਗੁਰੂ ਨਾਨਕ ਦੇਵ ਜੀ ਕਿਹੜੀ ਬਾਣੀ ਚੋਂ ਹੈ?
ਆਸਾ ਦੀ ਵਾਰ ਹੋਰ ਕਿਹੜੀਆਂ ਬਾਣੀਆਂ ਨੇ ਉਹਨਾਂ ਦੀਆਂ ਪ੍ਰਸਿੱਧ ਜਪਜੀ ਸਾਹਿਬ ਦੈਨ 12 ਮਾਹ ਜਿਹੜਾ ਉਹਨਾਂ ਨੇ ਤੁਖਾਰੀ ਰਾਗ ਵਿੱਚ ਰਚਿਆ ਗੁਰੂ ਅਰਜਨ ਦੇਵ ਜੀ ਨੇ ਵੀ 12 ਮਾਹ ਰਚਿਆ ਉਹ ਮਾਝ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਇਸ ਤੋਂ ਇਲਾਵਾ ਸਿੱਧ ਗੋਸ਼ਟ ਸਿੱਧ ਗੋਸ਼ਟ ਮੀ ਸਿੱਧਾ ਨਾਲ ਗੋਸ਼ਟ ਸਿੱਧਾ ਨਾਲ ਗੋਸ਼ਟ ਇੱਕ ਵਾਕੰਸ਼ਾ ਵਾਲਾ ਸਮਾਸੀ ਸ਼ਬਦ ਬਣਦਾ ਹੈ ਸਿੱਧ ਗੋਸ਼ਟ ਕਰਨੀ ਚਰਚਾ ਕਰਨੀ ਕਿਹਦੇ ਬਾਰੇ ਝੂਠੇ ਕਰਮ ਕਾਂਡਾਂ ਬਾਰੇ ਪਖੰਡਾਂ ਬਾਰੇ ਵੀ ਪਖੰਡ ਨਹੀਂ ਕਰਨੇ ਚਾਹੀਦੇ ਵਹਿਮਾਂ ਭਰਮਾਂ 'ਚ ਨਹੀਂ ਪੈਣਾ ਚਾਹੀਦਾ ਇਹ ਸਿੱਧਾ ਨਾਲ ਗੋਸ਼ਟ ਕੀਤੀ ਸੀ ਸੋ ਕੇ ਮੰਦਾ ਆਖੀਏ ਕਿਹੜੀ ਬਾਣੀ 'ਚੋਂ ਹੋਈ ਆਸਾ ਦੀ ਵਾਰ 'ਚੋਂ ਠੀਕ ਹੈ ਹੁਣ ਆਪਾਂ ਗੱਲ ਕਰੀਏ ਸੋ ਕੇ ਮੰਦਾ ਆਖੀਏ ਰਚਨਾ ਦੀ ਪਹਿਲਾਂ ਵਿਆਖਿਆ ਸਮਝ ਲਓ ਪੂਰੀ ਰਚਨਾ ਸਮਝ ਲਓ ਲਾਈਨ ਕਿਹੜਾ ਸ਼ਬਦ ਆਇਆ ਗੁਰਬਾਣੀ ਵਿੱਚ ਇਸਤਰੀ ਲਈ ਭੰਡ ਸ਼ਬਦ ਇੱਕ ਮਾਇੰਡ 'ਚ ਵਰਡ ਰੱਖਣਾ ਹੈ ਭੰਡ ਸ਼ਬਦ ਭੰਡ ਸ਼ਬਦ ਕਿਹਦੇ ਲਈ ਵਰਤਿਆ ਇਸਤਰੀ ਲਈ ਧਿਆਨ ਨਾਲ ਸ਼ਬਦ ਸੁਣੋ ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹੋ ਜੰਮੀਏ ਮੀਨਸ ਇਸਤਰੀ ਕੀ ਹੈ ਜਨਮਦਾਤੀ ਹੈ ਇਸਤਰੀ ਜਨਮ ਦੇਣ ਵਾਲੀ ਹੈ ਇਸਤਰੀ ਤੋਂ ਹੀ ਮਨੁੱਖ ਦਾ ਸਰੀਰ ਬਣਦਾ ਪ੍ਰਾਣੀ ਦਾ ਸਰੀਰ ਬਣਦਾ ਹੈ ਨਿੰਮੀਏ ਮੀਨਸ ਨਿੰਮਦੀ ਹੈ ਜੇ ਇਸਤਰੀ ਨਾ ਹੋਏ ਤਾਂ ਅਸੀਂ ਥੋੜ੍ਹੀ ਹੋਣਾ ਸੀ ਸੰਸਾਰ ਵਿੱਚ ਸੰਸਾਰ ਦੇ ਵਿਕਾਸ ਦਾ ਰਾਹ ਖੁੱਲਦਾ ਜੇ ਇਸਤਰੀ ਨਹੀਂ ਹੋਏਗੀ ਜਨਮ ਕੌਣ ਦੇਵੇਗਾ ਸੰਸਾਰ ਦਾ ਵਿਕਾਸ ਰੁਕ ਜਾਏਗਾ ਇਹ ਕੋਈ ਵੀ ਇਨਸਾਨ ਜਿਹੜਾ ਇਸਤਰੀ ਦੀ ਮਹਾਨਤਾ ਨੂੰ ਨਹੀਂ ਨਾ ਸਮਝਦਾ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਬੁਲੰਦ ਕੀਤੀ ਹੈ ਉਹ ਲੋਕ ਬੜੀ ਮੂਰਖਤਾ ਵਾਲੇ ਹੁੰਦੇ ਨੇ ਜਿਹੜੇ ਕਿ ਇਸਤਰੀ ਨੂੰ ਮਹਾਨਤਾ ਨਹੀਂ ਦਿੰਦੇ ਅਸੀਂ ਐਵੇਂ ਨਹੀਂ ਸੰਸਾਰ 'ਚ ਆ ਗਏ ਸਾਡੀ ਜਨਮਦਾਤੀ ਇਸਤਰੀ ਹੈ ਤੇ ਜੇ ਇਸਤਰੀ ਹੋਏਗੀ ਅੱਗੋਂ ਜਨਮਦਾਤੀ ਬਣੇਗੀ ਤਾਂ ਸੰਸਾਰ ਵਿਕਾਸ ਕਰੇਗਾ ਕਿਉਂਕਿ ਇਹ ਤਾਂ ਦਸਤੂਰ ਹੈ ਜ਼ਿੰਦਗੀ ਦਾ ਪੁਰਾਣੇ ਜਾਈ ਜਾਣੇ ਨਵੇਂ ਆਈ ਜਾਣੇ ਨਹੀਂ ਤਾਂ ਸੰਸਾਰ ਦਾ ਵਿਕਾਸ ਰੁਕ ਜਾਣਾ ਪਰ ਜਿਹੜੇ ਕੁੱਖਾਂ ਵਿੱਚ ਹੀ ਇਸਤਰੀ ਨੂੰ ਕੁੜੀਆਂ ਨੂੰ ਮਾਰ ਦਿੰਦੇ ਨੇ ਕਿੰਨੀ ਮੂਰਖਤਾ ਵਾਲੀ ਸੋਚ ਹੈ ਛੋਟੀ ਸੋਚ ਦੇ ਮਾਲਕ ਇਹ ਨਹੀਂ ਸਮਝਦੇ ਕਿ ਜੇ ਕੁੜੀਆਂ ਨੂੰ ਹੀ ਕੁੱਖ ਵਿੱਚ ਮਾਰਤਾ ਤੇ ਕੁੜੀਆਂ ਦੇ ਵਿਆਹ ਕਿਹਦੇ ਨਾਲ ਹੋਣੇ ਮੁੰਡਿਆਂ ਦੇ ਜੇ ਵਿਆਹ ਕੁੜੀਆਂ ਨਾਲ ਹੀ ਕਰੋਗੇ ਤਾਂ ਅੱਗੋਂ ਸੰਸਾਰ ਕਿਵੇਂ ਚੱਲਣਾ ਇਹ ਸੋਚਿਆ ਹੀ ਨਹੀਂ ਕਿਸੇ ਨੇ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਬੁਲੰਦ ਕਰ ਦਿੱਤੀ ਕਿ ਸਿਰਫ ਇੱਕ ਕਿਹਦੀ ਹੋਂਦ ਸਵੀਕਾਰੀ ਗਈ ਇਸਤਰੀ ਤੋਂ ਬਿਨਾਂ ਪਰਮਾਤਮਾ ਦੀ ਸਿਰਫ ਇੱਕ ਪਰਮਾਤਮਾ ਹੀ ਹੈ ਜੋ ਕਿ ਇਸਤਰੀ ਤੋਂ ਬਿਨਾਂ ਹੈ ਨਹੀਂ ਤਾਂ ਸਾਰਾ ਸੰਸਾਰ ਇਸਤਰੀ ਨਾਲ ਹੀ ਸਾਰੇ ਰਿਸ਼ਤੇ ਨਾਤੇ ਨਿਭਦੇ ਨੇ ਇਸਤਰੀ ਜਨਮਦਾਤੀ ਇਸਤਰੀ ਤੋਂ ਸਰੀਰ ਬਣਦਾ ਹੈ ਇਸਤਰੀ ਨਾਲ ਹੀ ਮੰਗਣੀ ਹੁੰਦੀ ਹੈ ਮੰਗਣ ਵਿਆਹੋ ਮੰਗਣ ਦਾ ਮੀਨਿੰਗ ਲਿਖੋ ਗੁਰੂ ਨਾਨਕ ਦੇਵ ਜੀ ਦੀ ਰਚਨਾ ਵਿੱਚ ਮੰਗਣ ਸ਼ਬਦ ਦਾ ਅਰਥ ਕੀ ਹੈ ਮੰਗਣਾ ਬੋਲੋ ਬੇਟੇ ਮੰਗ ਕਰਨਾ ਕੁੜਮਾਈ ਕਰਨੀ ਬੋਲੋ ਬੱਚੇ ਕੀ ਹੋਏਗਾ ਇਹਦਾ ਮੀਨਿੰਗ ਕੁੜਮਾਈ ਸਭ ਤੋਂ ਪਹਿਲਾਂ ਕੀ ਹੈ ਇਸਤਰੀ ਨਾਲ ਕਿਹੜਾ ਰਿਸ਼ਤਾ ਮਨੁੱਖ ਦਾ ਜੁੜਦਾ ਹੈ ਕੁੜਮਾਈ ਦਾ ਜਦੋਂ ਪਹਿਲੇ ਕੁੜਮਾਈ ਹੋਏਗੀ ਤਾਂ ਵਿਆਹ ਹੁੰਦਾ ਕੁੜਮਾਈ ਮੀਨਸ ਮੰਗਣੀ ਹੁਣ ਮੰਗਣ ਸ਼ਬਦ ਆ ਉੱਥੇ ਆਪਸ਼ਨਸ ਆਉਂਦੀਆਂ ਨੇ ਮਿਲਣਾ ਮੰਗਣਾ ਭੀਖ ਮੰਗਣਾ ਜਾਂ ਮੰਗ ਕਰਨਾ ਜਾਂ ਕੁੜਮਾਈ ਕੁੜਮਾਈ ਔਰ ਕੁਸ਼ਚਨ ਦੂਜਾ ਵੀ ਕੀ ਬਣਦਾ ਕਿ ਮਨੁੱਖ ਦਾ ਪਹਿਲਾ ਰਿਸ਼ਤਾ ਇਸਤਰੀ ਨਾਲ ਕਿਹਦੇ ਰੂਪ ਵਿੱਚ ਨਿਭਦਾ ਕੁੜਮਾਈ ਦੇ ਰੂਪ ਵਿੱਚ ਠੀਕ ਹੈ ਫਿਰ ਵਿਆਹ ਹੁੰਦਾ ਫਿਰ ਜਿਹੜੇ ਵਿਆਹ ਤੋਂ ਬਾਅਦ ਸੰਸਾਰ ਚੱਲਦਾ ਹੈ ਫਿਰ ਸਾਰੇ ਰਿਸ਼ਤੇ ਨਾਤੇ ਸਮਾਜਿਕ ਰਿਸ਼ਤੇਦਾਰੀਆਂ ਸਭ ਇਸਤਰੀ ਨਾਲ ਨਿਭਦੀਆਂ ਨੇ ਅਗਲੀ ਲਾਈਨ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਹੋ ਦੋਸਤਾਨਾ ਵੀ ਕਿਹਦੇ ਨਾਲ ਹੁੰਦਾ ਇਸਤਰੀ ਨਾਲ ਇਸਤਰੀ ਨਾਲ ਕਿਹੜਾ ਰਿਸ਼ਤਾ ਕਾਇਮ ਹੁੰਦਾ ਦੋਸਤੀ ਦਾ ਫਿਰ ਦੋਸਤੀ ਦਾ ਜਦੋਂ ਰਿਸ਼ਤਾ ਕਾਇਮ ਹੋ ਗਿਆ ਤਾਂ ਸੰਸਾਰ ਅੱਗੇ ਵਿਕਾਸ ਕਰਦਾ ਭੰਡੋ ਚੱਲੇ ਰਾਹੋ ਰਾਹੋ ਦਾ ਮਤਲਬ ਕੀ ਹੈ ਸੰਸਾਰ ਦੀ ਉਤਪਤੀ ਦਾ ਰਾਹ ਖੁੱਲਦਾ ਹੈ ਜੇ ਇਸਤਰੀ ਨਹੀਂ ਹੈ ਰਾਹ ਬੰਦ ਹੋ ਜਾਣਾ ਇਹ ਵਿਕਾਸ ਨਹੀਂ ਕਰਨਾ ਸੰਸਾਰ ਨੇ ਇਹ ਸੰਸਾਰ ਤਾਂ ਕੀ ਕਹਿੰਦੇ ਹਾਂ ਆਪਾਂ ਚੱਲਣ ਹਾਰ ਹੈ ਚਲਾਏ ਮਾਨ ਹੈ ਆਈ ਜਾਣੇ ਹੈ ਆਪਣੀ ਵਾਰੀ ਅਨੁਸਾਰ ਇਸ ਸੰਸਾਰ ਵਿੱਚ ਸਭ ਕੁਝ ਕਰੀ ਜਾਣੇ ਅੱਗੇ ਤੇ ਨਵੀਂ ਪਨੀਰੀ ਹੋਰ ਆ ਜਾਣੀ ਕਹਿੰਦੇ ਆ ਨਾ ਪੱਤਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਇਹ ਤਾਂ ਦਸਤੂਰ ਹੈ ਜ਼ਿੰਦਗੀ ਦਾ ਸਾਡੇ ਦਾਦੇ ਪੜਦਾਦੇ ਸਾਡੇ ਰਾਜੇ ਮਹਾਰਾਜੇ ਮਹਾਂਪੁਰਖ ਗੁਰੂ ਸਾਹਿਬਾਨ ਸਭ ਇਸ ਦੁਨੀਆਂ ਤੋਂ ਚਲੇ ਗਏ ਕਿਉਂਕਿ ਮੌਤ ਇੱਕ ਅਟਲ ਸੱਚਾਈ ਹੈ ਪਰ ਸੰਸਾਰ ਵਿੱਚ ਆ ਕੇ ਇਨਸਾਨ ਦੁਨੀਆਂ ਵਿੱਚ ਮੇਲਿਆਂ ਵਿੱਚ ਜਿਹਾ ਪੈਂਦਾ ਸਭ ਕੁਝ ਭੁੱਲ ਜਾਂਦਾ ਆਪਣੇ ਅਸਲੀ ਮਕਸਦ ਨੂੰ ਹੀ ਭੁੱਲ ਗਿਆ ਕਿ ਅਸੀਂ ਕਿੱਥੋਂ ਆਏ ਹਾਂ ਕਿੱਥੇ ਵਾਪਸ ਜਾਣਾ ਤੇ ਕਿਉਂ ਜੇ ਕਰਮ ਕਰਨੇ ਆ ਆਹ ਕਰਮਾਂ ਵਿੱਚ ਤਾਂ ਹੈ ਕਿ ਇਸਤਰੀ ਨੂੰ ਮੁਰਾ ਮੰਦਾ ਬੋਲਣਾ ਕਹਿੰਦੇ ਸੋ ਕਿਉਂ ਮੰਦਾ ਆਖੀਏ ਟਾਈਟਲ 'ਚ ਹੀ ਆ ਗਿਆ ਕਿਉਂ ਮੰਦਾ ਵਰਚੀਏ ਮੰਦਾ ਮੀਨਸ ਬੁਰਾ ਕਿਉਂ ਕਹੀਏ ਇਸਤਰੀ ਦੀ ਮਹਾਨਤਾ ਹੈ ਸੰਸਾਰ ਵਿੱਚ ਸਭ ਤੋਂ ਵੱਧ ਕੇ ਪਰਮਾਤਮਾ ਤੋਂ ਬਾਅਦ
एक परमात्मा है उस नाल कौन है इसत्री ममता की मूर्त क्या जेड़े मर्जी रूप च देख लो भैन के रूप में धी के रूप में मां के रूप में प्रेमिका के रूप में की झलकता है चेहरे तो कड़ी झलक मिलती है प्यार दी ममता दी मुहब्बत दी किदे चो इसत्री चो जेड़े मर्जी रूप च देख लो फिर दूजे पासे की है शक्ति दी की है देवी है सब कुछ सहन कर लेंदे है। अगली लाइन भंड मूआ भंड पालीए भंड होवे बदान कहिंदे जो किसी का आदमी मर जाता है ना जो सॉरी किसी की इसत्री मर जाती है जे किसी इसत्री का आदमी चला जाए बेचारी हौसला करके अपने बच्चों नूं पालदी पोसदी अपनी जिंदगी बसर कर ली पर जे किसी आदमी की इसत्री चले जाए तो जिंदगी च की पैदा हो गया हनेर वह बेचारा अपनी जिंदगी बसर करने दूसरी इसत्री की करता है भाल करता है कि मेरे बच्चे रुल जाने बच्चों किन्ने पालना घर में किन्ने देखना क्योंकि सारे काम कौन करती है इसत्री कहिंदे भंड मूआ मूआ का मतलब जो किसी की इसत्री मर जाती है मूआ मीनस मर जाती तो भंड पालीए तो दूसरी इसत्री की कीती जाती है आदमी वालों भाल की जाती तलाश की गुरबाणी दे विच है ठीक है मात्रावां दा एक कई बार मात्रावां जिहियां लगाईआं गुरबाणी विच जिन्हों नूं उचारण लगे आपां भंड ही बोलना भंड पालीए भंड होवे बंदान दा की मतलब है लिखो बेटे बंदान दा मीनिंग पहले मंगन दा मीनिंग लिखो कुड़माई फिर बंदान दा मतलब है रिश्ते नाते निभदे हन सारे रिश्ते बंदान मीन्स रिश्तेदारियां अगे सो क्यों मंदा आखिए जित जमे राजान रजान दा की मीनिंग है राजे वड्डे वड्डे लोग शहजादे महाराजे ठीक है सब दी जननी कौन है इसत्री फिर क्यों मंदा बोलिया जाए ये किन्ने क्या गुरु नानक देव जी ने हुण सैकेंड पैरे विच परमात्मा दी सिफत भंडो ही भंड उपजे भंडे बाज ना कोई बाज दा मीनिंग दसो भंडो ही भंड उपजे भंडे बाज ना कोई बाज दा मतलब नाल उत्ते बोलो बेटे बिना बिना इसत्री तो बिना कोई नहीं है इसत्री तो ही इसत्री पैदा होंदी है भंडो ही भंड उपजे इसत्री तो कौन पैदा होंदी है इसत्री जे इसत्री तो इसत्री पैदा नहीं होएगी तो अगो मुंडिया के विह कि होने समझण वाली गल है वो तो वो बड़ी छोटी सोच दे मालक हुंदे ने वो इंसान जिहड़े कि कुखां विच ही कुड़ी नूं मार दिंदे ने जन्म देण तों पहलां ही किहदी लालसा की खातर पुत्रां की लालसा की खातर ये नहीं पता कि अगो पुत्रां का साथ निभाउण लई वंश चलाउण लई कौन चाहीदी है कुड़ियां चाहीदियां ने इसत्री चाहीदी है इन्नी महानता है मीन्स परमात्मा दे तुल है इसत्री रब दा रूप मन्या है मां नूं तुसी सारे पढ़दे हो बहुत सारिया कवियां दीआं रचनावां भी यही ने मां दा प्यार है भैन दा प्यार है धी दा प्यार है ठीक है धी दुख सुख दी साथी है कि नहीं सारे इसत्री दे तां रूप ने ते अज दी इसत्री दा तुसी देख ही रहे हो सारे काम काज भी करदी घर भी संभालदी ते मोढे नाल मोढा जोड़ के पैसा भी अर्न कर रही है इसत्री ऐसी महान देवी है इसत्री फिर उन्हों मंदा नहीं बोलना चाहिए नानक भंडे बारा एको सच्चा सोए इसत्री तो बिना सिर्फ कौन है एको सच्चा सोए परमात्मा सच्चा सोए तो की भाव है परमात्मा हुण जितमुख हुण गुरु साहिबान ने गुरु नानक देव जी ने हुण परमात्मा की सिफत भी कर दी जितमुख सदा सलाहीए भागा रत्ती चार भागा रत्ती चार तो भाग के कि साढ़े मत्थे ते ना चंगे भाग लिख दिते परमात्मा ने ਕਿੰਨਾ ਇਨਸਾਨਾਂ ਤੇ ਜਿਹੜੇ ਪਰਮਾਤਮਾ ਦੀ ਕੀ ਕਰਦੇ ਹਨ ਸਿਫਤ ਕਰਦੇ ਹਨ ਸਲਾਹੀਏ ਦਾ ਕੀ ਮੀਨਿੰਗ ਹੁੰਦਾ ਸਿਫਤ ਕਰਨੀ ਵਡਿਆਈ ਕਰਨੀ ਠੀਕ ਹੈ ਜਿਹੜੇ ਪਰਮਾਤਮਾ ਦੀ ਸਿਫਤ ਕਰਦੇ ਨੇ ਉਹ ਕੀ ਨੇ ਚੰਗੇ ਭਾਗਾਂ ਵਾਲੇ ਹਨ ਲਾਸਟ ਲਾਈਨ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਪਰਮਾਤਮਾ ਦੇ ਦਰਬਾਰ ਵਿੱਚ ਕਿੰਨਾ ਦੀ ਕਦਰ ਪੈਂਦੀ ਹੈ ਕਿੰਨਾ ਨੂੰ ਮਾਨ ਇੱਜ਼ਤ ਮਿਲਦਾ ਜਿਹੜੇ ਪਰਮਾਤਮਾ ਦੀ ਸਿਫਤ ਕਰਦੇ ਉਹਨਾਂ ਦੇ ਮੁੱਖ ਕੀ ਹੁੰਦੇ ਹਨ ਉਜਲੇ ਉਜਲੇ ਦਾ ਮਤਲਬ उजले का मतलब मान प्राप्त करने वडियाई मिलती है उन्होंने वडियाई मिलती है जेडे परमात्मा की करते ने सिफत करते हैं ठीक है बच्चे पूरी रचना समझ आ गई इनू कहना है रचना ते रचनहार इनू कविता नहीं बोलना कवि नहीं बोलना गुरु नानक देव जी की ने रचनहार ने
ਹੁਣ ਆਪਾਂ ਇਹਦੇ ਨਾਲ ਰਿਲੇਟਡ ਕੁਐਸਚਨਸ ਇੱਕ ਵਾਰੀ ਤੁਸੀਂ ਨੰਨਾ ਰਚਨਹਾਰ ਮੀਨਸ ਨੰਨਾ ਸ਼ਬਦ ਆਏਗਾ ਰਚਨਹਾਰ ਰਚਨਾ ਦੇ ਵਿੱਚ ਵੀ ਨੰਨਾ ਹੀ ਆਏਗਾ ਹੁਣ ਆਪਾਂ ਪਹਿਲਾਂ ਇੱਕ ਵਾਰੀ ਸਾਰੇ ਕੁਐਸਚਨ ਰਿਵਾਈਜ਼ ਕਰ ਲਈਏ ਉਸ ਤੋਂ ਬਾਅਦ ਘਰ ਦਾ ਪਿਆਰ ਵਾਰਤਕ ਲੈ ਕਰਾਂਗੇ ਅੱਜ ਕੋਸ਼ਿਸ਼ ਹੈ ਕਿ ਆਪਾਂ ਦੇ ਦੋ ਤਿੰਨ ਚੈਪਟਰ ਹੋ ਜਾਣ ਫਿਰ ਆਪਾਂ ਦੀ ਜਿਹੜੀ ਅਗਲੀ ਕਲਾਸ ਹੋਏਗੀ ਸੈਚਰਡੇ ਉਦੋਂ ਆਪਾਂ ਗ੍ਰਾਮਰ ਕਰਾਂਗੇ ਗੱਗਾ ਤੇ ਘੱਗਾ ਭਾਗ ਮੁਹਾਵਰੇ ਇੱਕ ਵਾਰੀ ਕੁਐਸਚਨ ਦੇਖੋ ਬੇਟੇ ਸੋ ਕਿ ਮੰਦਾ ਆਖੀਏ ਕਿਸਦੀ ਰਚਨਾ ਹੈ ਹੁਣ ਤੁਸੀਂ ਬੋਲੋਗੇ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਕਾਲ 1469 ਤੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਮਾਤਾ ਦਾ ਨਾਮ ਤ੍ਰਿਪਤਾ ਜੀ ਕਿੰਨੀਆਂ ਉਦਾਸੀਆਂ ਕੀਤੀਆਂ ਚਾਰ ਗੁਰੂ ਨਾਨਕ ਦੇਵ ਜੀ ਖੇਤੀਬਾੜੀ ਕਿੱਥੇ ਕੀਤੀ ਕਰਤਾਰਪੁਰ ਕਰਤਾਰਪੁਰ ਅੱਜ ਕੱਲ ਕਿੱਥੇ ਹੈ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੁਣ ਨੈਕਸਟ ਹੈ ਹੁਣ ਰਚਨਾ ਨਾਲ ਰਿਲੇਟਡ ਗੁਰੂ ਨਾਨਕ ਦੇਵ ਜੀ ਦੀ ਰਚਨਾ ਸੋ ਕਿਉਂ ਮੰਦਾ ਕਿ ਕਿਹੜੀ ਪੁਸਤਕ ਵਿੱਚ ਸ਼ਾਮਿਲ ਹੈ ਸਾਹਿਤ ਮਾਲਾ ਕਹਿੰਦੇ ਪੰਜਾਬੀ ਵਾਰਤਕ ਵਿੱਚ ਵਨਗੀ ਵਿੱਚ ਸਾਹਿਤ ਕਿਰਨਾ ਕਿ ਸਾਹਿਤ ਮਾਲਾ ਸਾਹਿਤ ਮਾਲਾ ਵਿੱਚ ਨੈਕਸਟ ਕੁਐਸਚਨ ਕਿਸੀ ਮਹੱਤਤਾ ਦੱਸੀ ਗਈ ਹੈ ਇਸਤਰੀ ਦੀ ਮਰਦ ਦੀ ਦੁਨਿਆਵੀ ਸੁੱਖਾਂ ਦੀ ਭਗਤਾਂ ਦੀ ਇਸਤਰੀ ਦੀ ਬਾਜ ਸ਼ਬਦ ਦਾ ਕੀ ਅਰਥ ਹੈ ਬਾਜ ਸ਼ਬਦ ਦਾ ਕੀ ਅਰਥ ਹੈ ਬਾਜ ਆਪਾਂ ਕਹਿੰਦੇ ਨਾਨਕ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ ਬਿਨਾ ਇਸਤਰੀ ਤੋਂ ਬਿਨਾ ਇਹ ਸੰਸਾਰ ਨਹੀਂ ਹੈ ਠੀਕ ਹੈ ਬਾਜ ਸ਼ਬਦ ਦਾ ਕੀ ਅਰਥ ਹੈ ਬਿਨਾ ਨੈਕਸਟ ਇਸਤਰੀ ਦਾ ਇਸਤਰੀ ਦੀ ਕੁੱਖੋਂ ਕੌਣ ਪੈਦਾ ਨਹੀਂ ਹੋਇਆ ਕੌਣ ਪੈਦਾ ਨਹੀਂ ਹੋਇਆ ਰਾਜੇ ਮਹਾਰਾਜੇ ਸ਼ਾਹੂਕਾਰ ਸੰਤ ਭਗਤ ਜਾਂ ਪਰਮਾਤਮਾ ਇਸਤਰੀ ਤੋਂ ਬਿਨਾ ਕਿਸੇ ਹੋਣ ਸਵਕਾਰੀ ਗਈ ਆਪਾਂ ਅੱਗੇ ਕੁਐਸਚਨ ਕੀਤਾ ਹੋਇਆ ਸੇਮ ਹੈ ਕਿ ਉਸਦੀ ਕੁੱਖੋਂ ਕੌਣ ਜਨਮ ਨਹੀਂ ਲਿਆ ਪਰਮਾਤਮਾ ਨੇ ਸਮਾਜਿਕ ਰਿਸ਼ਤੇਦਾਰੀਆਂ ਕਿਸ ਨਾਲ ਨਿਭਦੀਆਂ ਹਨ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਭਰਾਵਾਂ ਨਾਲ ਕਿ ਇਸਤਰੀ ਨਾਲ ਜਿਹਦੀ ਇਸਤਰੀ ਮਰ ਜਾਂਦੀ ਸਾਰੇ ਰਿਸ਼ਤੇ ਨਾਤੇ ਖਤਮ ਹੋ ਜਾਂਦੇ ਕਿਸ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਸੰਸਾਰ ਦੀ ਉਤਪਤੀ ਦਾ ਰਾਹ ਕਿਸ ਰਾਹੀਂ ਚੱਲਦਾ ਹੈ ਇਸਤਰੀ ਰਾਹੀਂ ਸੰਸਾਰ ਦੀ ਉਤਪਤੀ ਸਮਝਦੇ ਹੋ ਵਿਕਾਸ ਕਰਨਾ ਨੈਕਸਟ ਗੁਰੂ ਨਾਨਕ ਦੇਵ ਜੀ ਨੇ ਲੁਕਾਈ ਨੂੰ ਕਿਸ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਹੈ ਉਪਦੇਸ਼ ਦਿੱਤਾ ਹੈ ਆਰਾਮ ਦੇ ਮਾਰਗ ਤੇ ਪੈਸਾ ਕਮਾਉਣ ਦੇ ਮਾਰਗ ਤੇ ਵਪਾਰ ਕਰਨ ਦੇ ਕਿ ਸੱਚ ਦੇ ਮਾਰਗ ਤੇ ਮੰਗਣ ਸ਼ਬਦ ਦਾ ਕੀ ਅਰਥ ਹੈ ਮੰਗਣਾ ਮਿਲਣਾ ਮੰਗਣੀ ਜਾਂ ਕੁੜਮਾਈ ਜਾਂ ਕਲਿਆਣ ਕਰਨਾ ਮੰਗਣੀ ਜਾਂ ਕੁੜਮਾਈ ਗੁਰੂ ਨਾਨਕ ਦੇਵ ਜੀ ਨੇ ਕਿਸ ਭਾਵਨਾ ਦਾ ਖੰਡਨ ਕੀਤਾ ਖੰਡਨ ਮੀਨਸ ਵਿਰੋਧ ਕੀਤਾ ਮਰਦ ਦੀ ਨਿੰਦਾ ਕਰਨਾ ਔਰਤ ਦੀ ਨਿੰਦਾ ਕਰਨੀ ਦੁਨਿਆਵੀ ਪਦਾਰਥਾਂ ਦੀ ਨਿੰਦਾ ਸੰਤਾਂ ਭਗਤਾਂ ਦੀ ਨਿੰਦਾ ਔਰਤ ਦੀ ਨਿੰਦਾ ਕਰਨ ਦਾ ਖੰਡਨ ਕੀਤਾ ਖੰਡਨ ਮੀਨਸ ਵਿਰੋਧ ਕਿਹੜੇ ਜੀਵ ਭਾਗਾਂ ਵਾਲੇ ਹਨ ਜੋ ਦੁਨਿਆਵੀ ਪਦਾਰਥਾਂ ਦੀ ਸਿਫਤ ਕਰਦੇ ਨੇ ਰਾਜੇ ਮਹਾਰਾਜਿਆਂ ਦੀ ਸਿਫਤ ਕਰਦੇ ਨੇ ਗਰੀਬਾਂ ਦੀ ਸਿਫਤ ਕਰਦੇ ਨੇ ਪਰਮਾਤਮਾ ਦੀ ਸਿਫਤ ਕਿਹੜੇ ਜੀਵ ਭਾਗਾਂ ਵਾਲੇ ਹਨ ਜੋ ਪਰਮਾਤਮਾ ਦੀ ਸਿਫਤ ਕਰਦੇ ਸਾਰੇ ਸੰਸਾਰ ਵਿੱਚ ਔਰਤ ਦਾ ਦਰਜਾ ਕਿਉਂ ਜਾਇ ਨੀਵਾਂ ਘਟੀਆ ਉੱਚਾ ਤੇ ਮਹਾਨ ਉੱਚਾ ਵੈਰੀ ਗੁੱਡ ਉੱਚਾ ਹੈ ਔਰਤ ਦਾ ਦਰਜਾ ਨੈਕਸਟ ਰਾਜਾਨ ਸ਼ਬਦ ਤੋਂ ਕੀ ਭਾਵ ਹੈ ਰਾਜੇ ਮਹਾਰਾਜੇ ਵੱਡੇ ਲੋਕ ਠੀਕ ਹੈ ਮਨੁੱਖ ਦਾ ਇਸਤਰੀ ਨਾਲ ਪਹਿਲਾ ਕਿਹੜਾ ਰਿਸ਼ਤਾ ਹੁੰਦਾ ਪਹਿਲਾ ਰਿਸ਼ਤਾ ਮਨੁੱਖ ਦਾ ਇਸਤਰੀ ਨਾਲ ਕੁੜਮਾਈ ਹੋਏਗੀ ਵਿਆਹ ਹੋਏਗਾ ਤੇ ਉਹ ਜਨਮਦਾਤੀ ਬਣੇਗੀ ਮਾਂ ਬਣੇਗੀ ਪਹਿਲਾਂ ਕੀ ਹੁੰਦਾ ਕੁੜਮਾਈ ਕਿਉਂਕਿ ਇੱਕ ਇਸਤਰੀ ਆਪਣੇ ਪਤੀ ਨੂੰ ਚੁਣਨ ਲਈ ਇੱਕ ਦੂਜੇ ਨੂੰ ਦੇਖਦੇ ਨੇ ਉਹਨੂੰ ਕੁੜਮਾਈ ਕਹਿੰਦੇ ਰੋਕਾ ਕਹਿੰਦੇ ਠੀਕ ਹੈ ਮੰਗਣੀ ਮੀਨਸ ਮੰਗ ਦੇਣਾ ਇੱਕ ਦੂਜੇ ਨੂੰ ਇੱਕ ਦੂਜੇ ਨਾਲ ਮੰਗੇ ਗਏ ਫਿਰ ਵਿਆਹ ਦੀ ਰਸਮ ਹੁੰਦੀ ਫਿਰ ਕੁੜੀ ਹੈ ਜਿਹੜੀ ਉਹ ਨੂੰਹ ਬਣ ਕੇ ਘਰ ਜਾਂਦੀ ਹੈ ਫਿਰ ਉਹ ਨੂੰਹ ਤੋਂ ਬਾਅਦ ਕੀ ਬਣਦੀ ਹੈ ਮਾਂ ਬਣਦੀ ਹੈ ਠੀਕ ਹੈ ਫਿਰ ਸਾਰੇ ਰਿਸ਼ਤੇ ਨਾਤੇ ਨਿਭਦੇ ਹਨ ਇਸਤਰੀ ਨੂੰ ਡੈਸ਼ ਆਖਣਾ ਗਲਤ ਹੈ ਮੰਦਾ ਆਖਣਾ ਗਲਤ ਹੈ ਕਰਤਾਰਪੁਰ ਅੱਜ ਕੱਲ ਕਿੱਥੇ ਹੈ ਪਾਕਿਸਤਾਨ ਹੁਣ ਆਪਾਂ ਗੱਲ ਕਰੀਏ ਘਰ ਦਾ ਪਿਆਰ ਲੇਖ ਘਰ ਦਾ ਪਿਆਰ ਪ੍ਰਿੰਸੀਪਲ ਤੇਜਾ ਸਿੰਘ ਉਹਦੇ ਨਾਲ ਰਿਲੇਟਡ ਵਨ ਮਾਰਕ ਕੁਐਸਚਨਸ ਕਰੋ ਲੇਖਕ ਨਾਲ ਰਿਲੇਟਡ
ਲਿਖੋ ਬੇਟੇ ਵਾਰਤਕ ਲੇਖ ਕਿੱਸਾ ਲਿਖਿਆ ਪ੍ਰਿੰਸੀਪਲ ਮੈਂ ਦੋਨੋਂ ਕਾਵਿ ਰਚਨਾਵਾਂ ਇਸ ਕਰਕੇ ਨਹੀਂ ਕਰਾਈਆਂ ਕਿ ਇੱਕ ਕਾਵਿ ਰਚਨਾ ਕਰਾਂਗੇ ਇੱਕ ਵਾਰਤਕ ਲੇਖ ਫਿਰ ਕਾਵਿ ਰਚਨਾ ਕਰਾਂਗੇ ਠੀਕ ਹੈ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 1894 ਹੁਣ ਤੁਹਾਨੂੰ ਲੇਖਕ ਦਾ ਜਨਮ ਸਥਾਨ ਪਤਾ ਹੈ ਉਹ ਵਿੱਚ ਵੀ ਆਇਆ ਲੈਸਨ ਦੇ ਜਿੱਥੇ ਉਹਨੇ ਆਪਣੀ ਮੁੱਢਲੀ ਪੜ੍ਹਾਈ ਵੀ ਪ੍ਰਾਪਤ ਕੀਤੀ ਹੈ ਅੜਿਆਲਾ ਅੜਿਆਲਾ ਪਿੰਡ ਕਿੱਥੇ ਹੈ ਰਾਵਲਪਿੰਡੀ ਰਾਵਲਪਿੰਡੀ ਕਿੱਥੇ ਹੈ ਪਾਕਿਸਤਾਨ ਠੀਕ ਹੈ ਪਿਤਾ ਦਾ ਨਾਮ ਕੀ ਹੈ ਭਲਾਕਰ ਸਿੰਘ ਮਾਤਾ ਦਾ ਨਾਮ ਮਾਤਾ ਜੀ ਦਾ ਨਾਮ ਸੁਰਸਤੀ ਠੀਕ ਹੈ ਮੁੱਢਲੀ ਪੜ੍ਹਾਈ ਆਪਣੇ ਅਡਿਆਲਾ ਪਿੰਡ ਤੋਂ ਠੀਕ ਹੈ ਫਿਰ ਐਮ ਏ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਫਿਰ ਉਹ ਅੰਗਰੇਜ਼ੀ 'ਚ ਐਮ ਏ ਕੀਤੀ ਦੇਖੋ ਪੰਜਾਬੀ ਵੀ ਮੁਹਾਰਤ ਹਾਸਲ ਕਰ ਲਈ ਅੰਗਰੇਜ਼ੀ ਵੀ ਹਿੰਦੀ ਵੀ ਆਉਂਦੀ ਹੈ ਸਾਰੀਆਂ ਭਾਸ਼ਾਵਾਂ ਦੇ ਮਾਹਿਰ ਬਣੇ ਹੈ ਔਰ ਫਿਰ ਪ੍ਰੋਫੈਸਰ ਬਣੇ ਹੈ ਬੰਬਈ ਦੇ ਵਿੱਚ ਪ੍ਰੋਫੈਸਰ ਬਣੇ ਆ ਇੱਕ ਵਾਰੀ ਮੈਂ ਪੂਰਾ ਪੈਰਾ ਤੁਹਾਨੂੰ ਉਹਨਾਂ ਦਾ ਰੀਡ ਕਰ ਦਿੰਦੀ ਹਾਂ ਜਿਹੜਾ ਉਹਨਾਂ ਦੇ ਜੀਵਨ ਬਾਰੇ ਹੈ ਫਿਰ ਆਪਾਂ ਵਾਰਤਕ ਲੇਖ ਬਾਰੇ ਕਰਾਂਗੇ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਪਿਤਾ ਭਾਈ ਭਲਾਕਰ ਸਿੰਘ ਦੇ ਘਰ ਮਾਤਾ ਸੁਰਸਤੀ ਦੇ ਘਰ 1894 ਈਸਵੀ ਵਿੱਚ ਹੋਇਆ ਪਿੰਡ ਅਡਿਆਲਾ ਰਾਵਲਪਿੰਡੀ ਪਾਕਿਸਤਾਨ ਮੁੱਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕੀਤੀ ਦੈਨ ਰਾਵਲਪਿੰਡੀ ਆ ਕੇ ਅਵਲ ਦਰਜੇ ਵਿੱਚ ਪਾਸ ਕਰਨ ਤੋਂ ਬਾਅਦ ਮੁੱਢਲੀ ਵਿੱਦਿਆ ਉਸ ਤੋਂ ਬਾਅਦ ਦਸਵੀਂ ਕੀਤੀ ਹੈ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਪਾਸ ਕੀਤੀ 1910 ਵਿੱਚ 1910 ਵਿੱਚ ਦਸਵੀਂ 1917 ਵਿੱਚ ਅੰਗਰੇਜ਼ੀ ਦੀ ਐਮ ਏ 1945 ਵਿੱਚ ਉਹ ਬੰਬਈ ਦੇ ਵਿੱਚ ਪ੍ਰੋਫੈਸਰ ਲੱਗੇ ਰਹੇ ਹੈ ਉਹਨਾਂ ਦੀ ਇੱਕ ਸਵੈ ਜੀਵਨੀ ਹੈ ਬਹੁਤ ਸਾਰੀਆਂ ਰਚਨਾਵਾਂ ਨੇ ਪਰ ਸਵੈ ਜੀਵਨੀ ਹੈ ਸਾਹਿਤਿਕ ਸਵੈ ਜੀਵਨੀ ਆਰ ਸੀ ਸਵੈ ਜੀਵਨੀ ਕੀ ਹੁੰਦੀ ਹੈ ਸਵੈ ਅਗੇਤਰ ਲਾ ਕੇ ਆਪਣਾ ਜੀਵਨ ਆਪ ਬਿਆਨ ਕਰਨਾ ਸਵੈ ਰੁਜ਼ਗਾਰ ਸਵੈ ਭਰੋਸਾ ਸਵੈ ਵਿਸ਼ਵਾਸ ਸਵੈ ਅਗੇਤਰ ਲਾ ਕੇ ਠੀਕ ਹੈ ਉਹਨਾਂ ਦੀ ਸਾਹਿਤਿਕ ਸਵੈ ਜੀਵਨੀ ਵੀ ਲਿਖੀ ਇਸ ਤੋਂ ਇਲਾਵਾ ਉਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਨੇ ਸਾਹਿਤ ਦਰਸ਼ਨ ਨਵੀਆਂ ਸੋਚਾਂ ਸਹਿ ਸੁਭਾਅ ਘਰ ਦਾ ਪਿਆਰ ਬਹੁਤ ਸਾਰੀਆਂ ਰਚਨਾਵਾਂ ਨੇ ਤੇ ਉਹਨਾਂ ਦੀ ਜਿਹੜਾ ਜੀਵਨ ਚਲਾਨਾ ਕਦੋਂ ਕਰ ਗਏ ਆ 1958 ਵਿੱਚ ਜੀਵਨ ਕਾਲ ਕਿਹੜਾ ਹੋਇਆ ਫਿਰ 1894 ਤੋਂ 1958 ਇਹਨੂੰ ਜੀਵਨ ਕਾਲ ਕਹਿੰਦੇ ਆ ਜਨਮ ਤੋਂ ਲੈ ਕੇ ਆਖਰੀ ਪੜਾਅ ਤੱਕ ਦਾ ਸਮਾਂ ਮੌਤ ਤੱਕ ਦਾ ਸਮਾਂ ਇੱਥੋਂ ਚਲਾਨਾ ਕਰਨ ਦਾ ਸਮਾਂ ਉਹਨੂੰ ਕੀ ਕਹਿੰਦੇ ਆ ਜੀਵਨ ਕਾਲ ਹੁਣ ਆਪਾਂ ਗੱਲ ਕਰੀਏ ਘਰ ਦਾ ਪਿਆਰ ਘਰ ਦਾ ਪਿਆਰ ਸ਼ਬਦ ਤੋਂ ਹੀ ਪਤਾ ਲੱਗਦਾ ਕਿ ਘਰ ਦੇ ਨਾਲ ਪਿਆਰ ਘਰ ਦੇ ਪ੍ਰਤੀ ਪਿਆਰ ਜਿਹੜੇ ਇਨਸਾਨ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਉਹ ਕਿਹੋ ਜਿਹਾ ਸੁਭਾਅ ਦਾ ਹੁੰਦਾ ਕਿ ਜੋ ਸੁਭਾਅ ਦਾ ਸੜੀਅਲ ਸੁਭਾਅ ਦਾ ਤੇ ਘਰ ਕਹਿੰਦੇ ਕਿਹਨੂੰ ਹੈ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਮਕਾਨ ਨੂੰ ਮਕਾਨ ਤੇ ਘਰ ਵਿੱਚ ਫਰਕ ਹੁੰਦਾ ਮਕਾਨ ਨੂੰ ਆਪਾਂ ਕਹਿ ਸਕਦੇ ਹਾਂ ਇੱਟਾਂ ਜਾਂ ਵੱਟਿਆਂ ਦਾ ਬਣਿਆ ਹੋਇਆ ਪਰ ਘਰ ਉਹ ਥਾਂ ਹੈ ਜਿੱਥੇ ਮਨੁੱਖ ਦੀਆਂ ਸਧਰਾਂ ਤੇ ਇੱਛਾਵਾਂ ਪਲਦੀਆਂ ਹਨ ਜਿੱਥੇ ਇਨਸਾਨ ਸਾਰੀ ਦੁਨੀਆ ਘੁੰਮ ਕੇ ਖੱਟੀ ਕਮਾਈ ਕਰਕੇ ਵਾਪਸ ਮੁੜ ਆਉਂਦਾ ਖੱਟੀ ਕਮਾਈ ਕਿਉਂ ਜਾਂ ਸਮਾਸੀ ਸ਼ਬਦ ਲੈਸਨ ਚ ਆਇਆ ਖੱਟੀ ਕਮਾਈ ਕਿਉਂ ਜਾਂ ਸਮਾਸੀ ਸ਼ਬਦ ਹੈ ਬੋਲੋ ਬੇਟੇ ਸਮਾਸੀ ਸ਼ਬਦ ਕਿਹੜੀ ਕਿਸਮ ਦਾ ਹੈ ਖੱਟੀ ਕਮਾਈ ਸਮਾਨ ਅਰਥਾਂ ਵਾਲਾ ਖੱਟੀ ਕਰਨਾ ਕਮਾਈ ਕਰਨਾ ਸੇਮ ਮੀਨਿੰਗ ਆਪਾਂ ਖੱਟੀ ਦੇ ਬਹੁਤ ਅਰਥਕ ਸ਼ਬਦ ਕੀਤੇ ਨੇ ਕਿ ਜਿਹੜੇ ਨੌਜਵਾਨ ਨੇ ਪੜ੍ਹ ਲਿਖੇ ਖੱਟੀ ਕਰਨ ਦੇ ਲਈ ਦੇਸ਼ਾਂ ਵਿਦੇਸ਼ਾਂ ਜਾਂਦੇ ਨੇ ਇੱਕ ਖੱਟੀ ਦਾ ਮਤਲਬ ਹੈ ਖਟਾਸ ਕਿ ਲੱਸੀ ਬੜੀ ਖੱਟੀ ਹੈ ਇੱਕ ਖੱਟੀ ਦਾ ਮਤਲਬ ਹੈ ਪੀਲਾ ਦੁਪੱਟਾ ਪੀਲੀ ਚੁੰਨੀ ਪੀਲੇ ਰੰਗ ਦੀ ਪੱਗ ਕਿ ਉਹਨੂੰ ਖੱਟੀ ਪੱਗ ਬੰਨਣ ਦਾ ਸ਼ੌਂਕ ਹੈ ਬਹੁਤ ਅਰਥਕ ਸ਼ਬਦ ਕਿਤੇ ਖੱਟੀ ਦੇ ਠੀਕ ਹੈ ਤੇ ਕਾਲ ਸ਼ਬਦ ਦੇ ਵੀ ਕਿਤੇ ਹੋਏ ਹੈ ਆਪਾਂ ਉਹਦੇ ਵਿੱਚ ਪੜ੍ਹਿਆ ਕਿ ਗੁਰੂ ਨਾਨਕ ਦੇਵ ਜੀ ਰਚਨਾ ਵਿੱਚ ਕਾਲ ਦਾ ਕੀ ਮਤਲਬ ਹੁੰਦਾ ਸਮਾਂ ਠੀਕ ਹੈ ਇੱਕ ਹੈ ਮੌਤ ਇੱਕ ਕਾਲ ਦਾ ਮਤਲਬ ਹੁੰਦਾ ਥੁੜ ਕਿਤੇ ਕਾਲ ਪੈ ਜਾਣਾ ਕੋਈ ਕੁਦਰਤੀ ਕਰੋਪੀ ਆਉਂਦੀ ਹੈ ਅਨਾਜ ਦਾ ਕਾਲ ਪੈ ਗਿਆ ਕਿ ਰਾਜੇ ਮਹਾਰਾਜੇ ਵੀ ਮੌਤ
अपने जीवन विच काल वस नहीं कर सके, काल मौत नू वस कर सके, क्योंकि मौत अटल सच्चाई है। कच्चा का मतलब आरजी तौर पर लग्या होया, होता इस बैंक विच कच्चा लग गया, आरजी टेंपरेरी, ठीक है। कच्चा का मतलब आरजी है, कच्चा का मतलब फिक्का है, कच्चा का मतलब शर्मिंदा होना है, ठीक है। और कच्चा का पक्का का विरोधी है, फल कच्चा है। हुण आपां गल करिए घर का प्यार लेख स्टार्ट करते हैं। ध्यान नाल समझो, घर इट्टां जां वट्टियां दे बने कोठे नूं नहीं कहिंदे। घर ओह थां है जिथे मनुख दीआं सदरां ते इच्छावां पलदीआं हन, जिथे बालपन विच किहदे कोलों प्यार मिलिआ हुंदा, भैण भरावां कोलों लाड प्यार मिलिआ हुंदा है, जिथे बुढ़ापे विच रहि के आपां किहनूं भुल जांदे हां, सारे झमेलिआं नूं। झमेलिआं दा मीनिंग लिखो, सारे झगड़िआं नूं, भावें ओह दुनियावी झगड़े है, भावें परिवारिक झगड़े है, झमेले होंदे ने दुनियावी झमेलिआं विच आपां पै गए हां ना। जिथे बुढ़ापे विच इंसान झमेलिआं नूं भुल के अपने वेल दा समा आराम नाल बिताउंदा है, ओह घर है। बुढ़ापे विच की कहा, किहनूं भुल जांदा है, झमेलिआं नूं। फिर घर किहदा केंद्र है, इह केंद्र किहदा, निजी वलवलिआं दा ते सखी रहणी दा। निजी वलवले मीनस अपने जज्बातां दा, ठीक है, ते सखी दा मतलब परसनैलिटी, शख्सियत दा मीनस ਇਹ ਇੱਕ ਜਿਹਾ ਸਾਂਚਾ ਹੈ। ਅੱਗੇ ਜਾ ਕੇ ਲੇਖਕ ਕਹਿੰਦਾ ਇਹ ਸਾਂਚਾ ਹੈ। ਕਾਹਦਾ ਸਾਂਚਾ? ਇਹ ਰੁਚੀਆਂ ਤੇ ਸੁਭਾਅ ਬਣਾਉਣ ਦਾ ਸਾਂਚਾ ਹੈ। ਕੀ ਸਾਂਚਾ ਹੈ? ਘਰ। ਮਨੁੱਖ ਦਾ ਆਚਰਣ ਕਿੱਥੇ ਬਣਦਾ ਹੈ? ਘਰ ਵਿੱਚ, ਸਕੂਲ ਵਿੱਚ, ਦੋਸਤਾਂ ਮਿੱਤਰਾਂ ਚ ਕਿੱਥੇ ਬਣਦਾ? ਘਰ ਵਿੱਚ। ਇਹ ਪਹਿਲੇ ਪੈਰੇ ਵਿੱਚ ਘਰ ਦੀ ਸਿਫਤ ਹੈ। ਫਿਰ ਲਾਸਟ ਲਾਈਨ ਲੇਖਕ ਕਹਿੰਦਾ, ਜਿਸ ਇਨਸਾਨ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ, ਉਹ ਖਿਜੂ ਤੇ ਸੜੀਅਲ ਸੁਭਾਅ ਵਾਲਾ ਹੈ। ਇਹ ਪਹਿਲਾ ਪੈਰਾ ਸੀ। ਹੁਣ ਦੂਜੇ ਪੈਰੇ ਦੇ ਵਿੱਚ ਉਹਨਾਂ ਨੇ ਇੱਕ ਬਿਰਧ ਔਰਤ ਦੀ ਪ੍ਰਸੰਗ ਦਿੱਤਾ। ਕਹਿੰਦਾ, ਮੇਰੇ ਜਾਣਕਾਰ ਬਿਰਧ ਬੀਬੀ ਜੀ ਕਿਹੋ ਜਿਹੇ ਸੁਭਾਅ ਵਾਲੇ ਸਨ? ਨੇਕੀ ਤੇ ਉਪਕਾਰ ਵਾਲੇ। ਨੋਟ ਕਰੋ, ਲੇਖ ਵਿੱਚ ਇੱਕ ਬਿਰਧ ਬੀਬੀ ਦਾ ਜ਼ਿਕਰ ਆਇਆ ਹੈ। ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ? ਨੇਕੀ ਤੇ ਪਰਉਪਕਾਰ ਕਰਨਾ। ਉਹ ਸਵੇਰੇ ਸ਼ਾਮ, ਸਵੇਰੇ ਸ਼ਾਮ ਕਿਹੋ ਜਿਹਾ ਸਮਾਸੀ ਸ਼ਬਦ ਹੈ? ਵਿਰੋਧੀ ਅਰਥ। ਸਵੇਰ ਦਾ ਓਪੋਜ਼ਿਟ ਸ਼ਾਮ, ਸਵੇਰੇ ਸ਼ਾਮ ਨਿਤਨੇਮ ਕਰਦੇ। ਨਿਤਨੇਮ ਕਿਹੋ ਜਿਹਾ ਸਮਾਸੀ ਸ਼ਬਦ ਹੈ? ਚਲੋ ਜੇ ਮੈਨੂੰ ਦੱਸ ਦਿੱਤਾ, ਮੈਨੂੰ ਤੁਹਾਨੂੰ ਸਾਰੇ ਸਮਾਸੀ ਸ਼ਬਦ ਆਉਂਦੇ। ਨਿਤਨੇਮ ਕਿਹੋ ਜਿਹਾ ਸਮਾਸੀ ਸ਼ਬਦ ਹੈ? ਜਲਦੀ ਬੋਲੋ। ਵੈਰੀ ਗੁੱਡ ਆਨਲਾਈਨ ਸਟੂਡੈਂਟਸ, ਨਿਤਨੇਮ। ਸਾਰੇ ਬੱਚਿਆਂ ਨੇ ਗਲਤ ਬੋਲਿਆ, ਵੱਖ ਵੱਖ ਅਰਥਾਂ, ਭਿੰਨ ਭਿੰਨ ਅਰਥਾਂ, ਰੋਂਗ, ਸਮਾਨ ਅਰਥ ਵੀ ਨਹੀਂ, ਰੋਂਗ। ਵਾਕੰਸ਼ਾਂ ਵਾਲਾ ਸਮਾਸੀ ਸ਼ਬਦ ਹੈ ਉਹ ਕਿਵੇਂ? ਨਿਤ ਦਾ ਨੇਮ, ਰੋਜ਼ ਦਾ ਨੇਮ, ਰੋਜ਼ ਦਾ ਨਿਯਮ, ਰੂਟੀਨ, ਜਿੱਥੇ ਸੰਬੰਧਕ ਆ ਗਿਆ ਉਹਦਾ ਸ਼ਬਦ ਸਮੂਹ ਬਣਾ ਕੇ ਦੇਖੀਦਾ। ਜਦੋਂ ਤੁਹਾਨੂੰ ਕਿਸੇ ਵੀ ਲਿਸਨ, ਜਦੋਂ ਵੀ ਕਿਸੇ ਸਮਾਸੀ ਦੀ ਤੁਹਾਨੂੰ ਕਿਸਮ ਦੱਸਣ ਲੱਗਿਆ ਕੋਈ ਕਨਫਿਊਜ਼ਨ ਹੁੰਦੀ ਹੈ, ਕੋਈ ਡਾਊਟ ਹੁੰਦਾ, ਤਾਂ ਉਹਦਾ ਕੀ ਬਣਾ ਕੇ ਦੇਖੋ? ਸ਼ਬਦ ਸਮੂਹ। ਜੇ ਸ਼ਬਦ ਸਮੂਹ ਦੇ ਵਿੱਚ ਸੰਬੰਧਕ ਲੱਗ ਗਿਆ ਤਾਂ ਉਹ ਦੋ ਹੀ ਕਿਸਮਾਂ ਨੇ, ਇੱਕ ਵਾਕੰਸ਼ਾਂ ਵਾਲੇ ਤੇ ਇੱਕ ਉਰਦੂ ਫਾਰਸੀ ਵਾਲੇ। ਬਾਕੀ ਪੰਜ ਕਿਸਮਾਂ ਵਿੱਚ ਅਤੇ ਲੱਗਦਾ। ਫਿਰ ਜੇ ਅਤੇ ਲੱਗਦਾ ਹੈ, ਫਿਰ ਸੋਚੋ ਕਿ ਇਹ ਵੱਖ ਵੱਖ ਅਰਥ ਨੇ, ਇਹ ਵਿਰੋਧੀ ਅਰਥ ਨੇ, ਇਹ ਸਮਾਨ ਅਰਥ ਨੇ, ਜਾਂ ਇਹ ਸਾਰਥਕ ਨਿਰਾਰਥਕ ਨੇ, ਜਾਂ ਇਹ ਦੁਹਰਾਓ ਵਾਲੇ ਨੇ। ਇਹ ਪੰਜ ਕਿਸਮਾਂ ਦੇ ਵਿੱਚ ਜਦੋਂ ਸ਼ਬਦ ਸਮੂਹ ਬਣਾਉਣਾ ਹੈ ਤਾਂ ਕੀ ਲੱਗਣਾ ਬੇਟੇ? ਅਤੇ। ਤੇ ਉਰਦੂ ਫਾਰਸੀ ਸਿਰਫ ਦੋ ਸੰਬੰਧਕ, ਦਾ ਤੇ ਦੀ, ਔਰ ਜਿਹੜਾ ਵਾਕੰਸ਼ਾ ਵਾਲਾ ਉਹਦੇ ਵਿੱਚ ਤਾਂ ਸੂਟੇਬਲ ਸੰਬੰਧਕ ਲੈਣਾ ਹੈ। ਬਿਨਾਂ ਵੀ ਲੱਗ ਸਕਦਾ ਹੈ, ਵਰਗੀ ਵੀ ਲੱਗਦਾ, ਜਿਵੇਂ ਭੇਡ ਚਾਲ, ਭੇਡਾਂ ਵਰਗੀ ਚਾਲ, ਠੀਕ ਹੈ। ਸੇਵਾ ਤੋਂ ਮੁਕਤ, ਸੇਵਾ ਮੁਕਤ ਤੋਂ ਬਿਨਾਂ, ਨਾਲ ਹੱਡਾਂ ਨਾਲ ਬੀਤੀ, ਹੱਡ ਬੀਤੀ ਨਾਲ ਵੀ ਲੱਗ ਸਕਦਾ, ਮੀਨਸ ਕੋਈ ਵੀ ਸੂਟੇਬਲ, ਠੀਕ ਹੈ। ਹੁਣ ਆਪਾਂ ਅੱਗੇ ਚੱਲੀਏ। ਕਹਿੰਦਾ ਉਹ ਬਿਰਧ ਬੀਬੀ ਜੀ ਨਿਤਨੇਮ ਕਰਦੇ, ਗੁਰਦੁਆਰੇ ਜਾਂਦੇ, ਦੁੱਖ ਨੂੰ ਦੇਖ ਕੇ, ਕਿਸੇ ਦੇ ਦੁੱਖ ਨੂੰ ਦੇਖ ਕੇ ਸਹਿਣ ਨਹੀਂ ਕਰ ਸਕਦੇ। ਇੰਨਾ ਕੋਮਲ ਤੇ ਪਵਿੱਤਰ ਹਿਰਦਾ, ਇੰਨਾ ਵਲਵਲਾ ਹਿਰਦਾ ਕਿ ਚੱਪੇ ਚੱਪੇ ਤੇ ਉਹ ਜਲਦੀ ਹੀ ਪਸੀਜ ਜਾਂਦੇ ਸਨ। ਫਿਸ ਜਾਂਦੇ ਦਾ ਮਤਲਬ ਹੁੰਦਾ ਪਸੀਜ ਜਾਂਦੇ, ਬੱਚਿਆਂ ਨੂੰ ਦੇਖ ਕੇ ਤਾਂ ਬੱਚੇ ਬਣ ਜਾਂਦੇ। ਕਿਸ ਨੂੰ ਦੇਖ ਕੇ ਬੱਚੇ ਬਣ ਜਾਂਦੇ? ਨੋਟ ਕਰ ਲਓ, ਬੁੱਢਿਆਂ ਨੂੰ ਦੇਖ ਕੇ, ਬੱਚਿਆਂ ਨੂੰ ਦੇਖ ਕੇ, ਆਪਣੇ ਹਾਨੀਆਂ ਨੂੰ ਦੇਖ ਕੇ, ਬੱਚਿਆਂ ਨੂੰ ਦੇਖ ਕੇ। ਪਰ ਸੁਭਾਅ ਬਹੁਤ ਹੀ ਖਰਵਾ, ਹੁਣ ਸੁਭਾਅ ਖਰਵਾ ਸੀ। ਦੇਖੋ ਇੱਕ ਪਾਸੇ ਕਹਿੰਦੇ ਆ ਕਿ ਬੀਬੀ ਜੀ ਨੇਕੀ ਤੇ ਪਰਉਪਕਾਰ ਦੀ ਮੂਰਤ,
नितनेम भी करते हैं, कहते होंगे जरा तो नितनेम करता है, गुरुद्वारे जाता है, परिक्रमा करता है, ठीक है, बच्चों नाल बच्चे भी बन जाते हैं, तो सुभा च इन्नी फ्लक्चुएशन किवें कि सुभा की है खरवा, उहदे पिछे कारण की है, निक्की निक्की गलते गलते खिंच के पैंदे। हुण निक्की निक्की किहड़ा समासी शब्द है, हुण किन्नी तरह के समासी शब्द, निक्की निक्की दोहराओ आ रेपीटेशन है, निक्की निक्की रिपीट होया वर्ड, इहनू की कहिंदे आ दोहराओ। हुण किन्ने समासी शब्द तुसीं रिवाइज कर ले, वाकंशा वाला भी आ गया, भिन्न भिन्न अर्थ भी आ गए, विरोधी अर्थ सवेरे शाम किया उन्हें, ठीक है। समासी शब्द आप नाल नाल ही रिवाइज कर लेने, क्योंकि एक लैसन च किन्ने ही समासी शब्द यूज होंगे। नैक्सट कि भिन्न भिन्न बिरध बीबी का सवाल नेकी ते परोपकार वाला सी, पुतली जे आएगा पुतली नेकी ते परोपकार दी सी, पर बोल चाल खरबी सी, उहदे नाल पर्टिकुलर दिता होगा कि बोल चाल खरबी सी, बहुत ही खरवा सुभा सी, पर उदा नेकी ते परोपकार दी पुतली है, ठीक है। ध्यान नाल देखो निक्की निक्की गल ते खिच खिच पैंदे, चप्पे चप्पे ते वैसे वो हमदर्दी भी करदे, चप्पे चप्पे भी दोहराव वाला समासी शब्द। उन्हां दे दिल विच इदां मालूम हुंदा सी कि उन्हां नूं जिवें घर दा प्यार ही नहीं मिलिया होया, क्योंकि एक वक्त ते तां उह नरम ते किम, एक पासे तो उह जदों किसे दा दुख देख लगदे ते बड़े नरम दिल, बड़े हमदर्दी वाले, दुख सहन ही नहीं हुंदा उन्हां तों, बच्चिआं नाल बच्चे बन जांदे आ, पर ये समझ नहीं आती कि उन्हां दा खरवा सुभा क्यों सी, क्योंकि उन्हां नूं घर दा प्यार नहीं मिलिया, क्योंकि पति जवानी विच ही साथ छड़ गया, अते झोली किहदे तों खाली सी, पुत्रां धीआं तों खाली सी, इस करके सखनी जिंदगी होण करके उन्हां दा सुभा खरवा बणिआ। बाकी आपां नैक्सट क्लास करांगे, तुसीं बेटे घर दा प्यार चैप्टर चंगी तरह रिवाइज करना है। थैंक यू सो मच बेटे।